ਹਾਂਜੀ ਜਿਹੜਾ ਜਿਹੜਾ ਮੇਰਾ ਐਕਸਪੀਰੀਅੰਸ ਦੇ ਨਾਲ ਕਿੱਦਾਂ ਹੋਇਆ ਆ, ਕੀ ਕੀਤਾ ਆ। ਮੈਂ ਸੁਖਮਣੀ ਸਾਹਿਬ ਵਿੱਚੋਂ ਲਿਆ ਥੋੜ੍ਹਾ ਜਿਹਾ ਪਾਠ, ਅਤੇ ਫਿਰ ਮੈਂ ਵਾਹਿਗੁਰੂ ਸਿਮਰਨ ਦੇ ਨਾਲ ਜੋੜਿਆ। ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ, ਠੀਕ ਹੈ ਜੀ। ਕੀ ਮੈਂ ਕਰਦਾ ਹੁੰਦਾ, ਮੈਂ ਸ਼ੁਰੂ ਕਿੱਦਾਂ ਕਰਦਾ ਹੁੰਦਾ, ਦੋਨੇ ਹੱਥ ਇੱਦਾਂ ਇੱਦਾਂ ਆ, ਇੱਦਾਂ ਜੋੜ ਕੇ ਉੱਪਰ ਨੂੰ ਇੱਦਾਂ ਕਰ ਲੈਂਦਾ, ਠੀਕ ਹੈ। ਦੋਨੇ ਹੱਥ ਇਹ ਮਿਡਲ ਵਿੱਚ ਮੈਂ ਰੱਖ ਲੈਂਦਾ ਆਪਣੀ ਧੁਨ ਦੇ ਕੋਲ, ਠੀਕ ਹੈ। ਫਿਰ ਮੈਂ ਇਹਨੂੰ ਕਰ ਦਿੰਦਾ ਆ, ਸ਼ੁਰੂ ਕਰ ਦਿੰਦਾ ਮੈਂ ਕਿੱਦਾਂ ਕਰਦਾ ਹਾਂ। ਵਾਹਿਗੁਰੂ ਆਦਿ ਗੁਰੇ ਨਮਃ, ਜੁਗਾਦ ਗੁਰੇ ਨਮਃ, ਸਤ ਗੁਰੇ ਨਮਃ, ਸ੍ਰੀ ਗੁਰੂ ਦੇਵ ਗੁਰੇ ਨਮਃ, ਵਾਹਿਗੁਰੂ। ਇੱਦਾਂ ਕਰਦਾ ਕਰਦਾ ਨਾ, ਫਿਰ ਹੌਲੀ ਹੌਲੀ ਮੈਂ ਸ਼ਾਂਤ ਹੋ ਜਾਂਦਾ ਬਿਲਕੁਲ ਹੀ। ਫਿਰ ਜਿੱਦਾਂ ਲਾਈਕ ਇੰਟਰਨਲ ਜਿੱਦਾਂ ਚੱਲਦੀ ਆ ਫਿਰ, ਹੈ ਨਾ ਚੀਜ਼, ਹਾਂਜੀ ਫਿਰ ਮੈਂ ਹੌਲੀ ਹੌਲੀ ਭੁੱਲ ਜਾਂਦਾ, ਅਤੇ ਮੈਨੂੰ ਨਹੀਂ ਪਤਾ ਕਿੱਥੇ ਮੈਂ ਬੈਠਾ ਹਾਂ, ਅਤੇ ਬੱਚੇ ਬੱਚੇ ਵੀ ਫਿਰ ਮੈਨੂੰ ਨਹੀਂ ਉਠਾਲਦੇ ਹੁੰਦੇ ਨੇ। ਆਪਣੇ ਆਪ ਹੀ ਮੈਂ ਉੱਠਣਾ ਹੁੰਦਾ ਕਿਸ ਵੇਲੇ, 2, 3, 4 ਜਿੰਨੇ ਵੀ ਘੰਟੇ ਲੱਗ ਗਏ ਨਾ, ਉਹ ਬੈਠਾ ਰਹਿੰਦਾ ਹੁੰਦਾ। ਅਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ, ਉਹ ਕੋਲ ਆ ਕੇ ਖਾਣਾ ਹੋਣਾ ਖਾਣਾ ਰੱਖ ਜਾਣਾ, ਜੇ ਨਹੀਂ ਖਾਧਾ ਉਹਨਾਂ ਨੇ ਚੱਕ ਕੇ ਲੈ ਜਾਣਾ। ਇੱਦਾਂ ਹੀ ਸਾਰਾ ਕੁਛ ਇੱਦਾਂ ਚੱਲਦਾ ਰਹਿੰਦਾ, ਪਰ ਉਹ ਡਿਸਟਰਬ ਨਹੀਂ ਫਿਰ ਕਰਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਹੁਣ ਇਹਨੇ ਵੇਚਣਾ ਆ। ਇੱਦਾਂ ਜਿੱਦਾਂ ਤੁਸੀਂ ਕਰੋਗੇ ਨਾ, ਹੌਲੀ 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 ਤੁਹਾਨੂੰ ਐਕਸਪੀਰੀਅੰਸ ਹੋਣਾ ਸ਼ੁਰੂ ਹੋ ਜਾਣਾ, ਤੁਸੀਂ ਆਪਣੇ ਆਪ ਵਿੱਚ ਜੋੜਨਾ ਸ਼ੁਰੂ। ਜਿਹੜਾ ਤੁਹਾਡਾ ਬ੍ਰੇਨ ਆ ਨਾ, ਉਹਨੇ ਜੁੜਨ ਨਹੀਂ ਦੇਣਾ, ਜਿਹੜਾ ਮਨ ਆ ਉਹਦੀ ਸਪੀਡ ਬਹੁਤ ਜ਼ਿਆਦਾ ਆ, ਹੈ ਨਾ। ਜਿੱਦਾਂ ਹੁਣ ਆਪਾਂ